ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਸਾਰਿਆਂ ਦਾ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ, ਇਸੀ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਵਿਚਾਰ ਵੀ ਕਰ ਰਹੇ ਹਾਂ। ਮੇਰੇ ਨਾਲ ਕਾਲਰਸ ਫੋਨ ਦੇ ਉੱਤੇ ਜੁੜੇ ਹੋਏ ਹਨ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਸਾਨੂੰ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਇੱਥੋਂ ਲੰਡਨ ਤੋਂ ਬੋਲ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਸਾਨੂੰ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਦਾ। ਸਿੱਧੂ ਹੋਣਾ ਨੂੰ ਜਾਣਾ ਚਾਹੀਦਾ ਆ ਵੈਸੇ ਤੇ, ਪਰ ਬਹੁਤ ਅੱਛਾ ਆ। ਅਸੀਂ ਅਰਦਾਸ ਕਰਾਂਗੇ ਕਿ ਆਪਣੀ ਸਰਕਾਰ ਜਿਹੜੀ ਇੰਡੀਆ ਵਾਲੀ ਆ, ਕਿਉਂ ਨੀ ਐਗਰੀ ਹੋ ਰਹੀ ਇਸ ਗੱਲ ਦਾ? ਸਾਨੂੰ ਬਹੁਤ ਅਫਸੋਸ ਆ, ਉਹਨਾਂ ਨੂੰ ਐਗਰੀ ਹੋਣਾ ਚਾਹੀਦਾ ਜਲਦੀ ਤੋਂ ਜਲਦੀ। ਹਾਂਜੀ, ਮੈਂ ਇੱਕ ਗੱਲ ਤੁਹਾਡੇ ਤੋਂ ਇੱਥੇ ਹੋਰ ਵੀ ਪੁੱਛਣੀ ਸੀਗੀ ਕਿ ਜਿਹੜੀ ਅਸੀਂ ਵਿਚਾਰ ਔਰ ਜਿਹੜੀ ਅਰਦਾਸ ਅਸੀਂ ਡੇਲੀ ਕਰਦੇ ਹਾਂ ਔਰ ਗੁਰੂ ਸਾਹਿਬ ਦੇ ਅੱਗੇ ਅਸੀਂ ਜ਼ਰੂਰ ਰੱਖਦੇ ਹਾਂ ਕਿ ਸਾਨੂੰ ਖੁੱਲ੍ਹੇ ਤੇ ਦਰਸ਼ਨ ਦੀਦਾਰ ਕਰਾਉਣਾ, ਤੁਹਾਨੂੰ ਲੱਗਦਾ ਕਿ ਹੁਣ ਇੱਕ ਮੌਕਾ ਹੈਗਾ ਔਰ ਹੋ ਸਕਦਾ? ਬਹੁਤ ਅੱਛਾ ਮੌਕਾ ਆ। ਹਾਂਜੀ ਹਾਂਜੀ ਜੀ 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 ਹਾਂਜੀ, ਬਹੁਤ ਅੱਛਾ ਮੌਕਾ। ਅਸੀਂ ਵੀ ਆਪਣੇ ਸਿਰ ਨਿਤਨੇਮ ਕਰਦੇ ਨਾ, ਪੰਜਾਬਾਨੀਆਂ ਦਾ ਪਾਠ ਕਰਕੇ ਅਸੀਂ ਵੀ ਰੋਜ਼ ਅਰਦਾਸ ਕਰਾਂਗੇ ਕਿ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਸਰਕਾਰ ਆਪਣੀ ਨਾ ਐਗਰੀ ਹੋ ਜਾਏ ਇਸ ਵਾਸਤੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜਿੱਥੇ ਤੁਸੀਂ ਅਰਦਾਸ ਇੰਨੀ ਕੀਤੀ ਹੈ, ਸ਼ਾਇਦ ਉਹ ਉੱਥੇ ਪੋਜ਼ਿਟਿਵ ਹੁਣ ਆ ਰਹੀ ਹੈ ਤੇ ਸ਼ਾਇਦ ਤੁਸੀਂ ਹੁਣ ਅੱਗੇ ਅਰਦਾਸ ਕਰੋਗੇ, ਸਾਰੀ ਸੰਗਤ ਅਰਦਾਸ ਕਰੇਗੀ ਤਾਂ ਹੋਵੇਗਾ। ਹਾਂਜੀ ਜੀ 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 ਹਾਂਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਤੁਹਾਡਾ ਪ੍ਰੋਗਰਾਮ ਹੁੰਦਾ ਹੈ ਵੈਸੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਮਿਹਰਬਾਨੀ ਜੀ। ਤੇ ਆਪਾਂ ਜਿਵੇਂ ਦਰਸ਼ਕਾਂ ਦੇ ਨਾਲ ਵਿਚਾਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਦ ਆਪਾਂ ਇੱਕ ਮਹੀਨਾ ਪਹਿਲਾਂ ਇਸ ਮੁੱਦੇ ਨੂੰ ਚੱਕਿਆ ਸੀਗਾ ਤਾਂ ਸਾਰੀ ਕੋਸ਼ਿਸ਼ ਸੀਗੀ ਕਿ ਇਸ ਬਾਰੇ ਸੋਚਿਆ ਜਾ ਸਕਦਾ ਕਰਤਾਰਪੁਰ ਕੋਰੀਡੋਰ ਦਾ ਮਸਲਾ। ਭਾਵੇਂ ਹੁਣ ਜਿਹੜੇ ਵੱਖ ਵੱਖ ਜਮਾਤਾਂ ਹੈਗੀਆਂ ਉਹ ਹੁਣ ਆਪਣੀ ਕ੍ਰੈਡਿਟ ਲੈਣ ਦੇ ਲਈ ਸਾਹਮਣੇ ਆ ਰਹੀਆਂ ਹੋਣ, ਲੇਕਿਨ ਕਹਿੰਦੇ ਨਾ ਕਿ ਜੋ ਕਰ ਗਿਆ ਅਤੇ ਮਾਲਾ ਫੁੱਲਾਂ ਦੀ ਉਹਨੂੰ ਹੀ ਪਹਿਨਾਈ ਜਾਂਦੀ ਹੈ। ਅਤੇ ਜਿਵੇਂ ਸਾਡੇ ਦਰਸ਼ਕ ਦੱਸ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲ ਕੀਤੀ ਹੈ, ਅਤੇ ਹੁਣ ਮੈਂ ਆਪਣੇ ਦਰਸ਼ਕਾਂ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਤੁਹਾਡਾ ਕੀ ਸੁਨੇਹਾ ਹੈ ਹੁਣ ਭਾਰਤ ਸਰਕਾਰ ਨੂੰ, ਤੁਸੀਂ ਕੀ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਤਾਂ ਕਿ ਅਸੀਂ ਇਹ ਤੁਹਾਡੇ ਜਿਹੜੇ ਵਿਚਾਰ ਹਨ ਜਿਹੜੇ ਤੁਸੀਂ ਸਾਨੂੰ ਫੋਨ ਕਰਕੇ ਦੱਸ ਰਹੇ ਹੋ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਦਈਏ। ਮੇਰੇ ਨਾਲ ਹੋਰ ਵੀ ਕਾਲਰਸ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਤਰਸੇਮ ਸਿੰਘ ਕਮੈਂਟਰੀ ਤੋਂ ਹੋ ਰਿਹਾ ਗ੍ਰੈਂਡ ਤੋਂ ਜੀ। ਜੀ ਤਰਸੇਮ ਸਿੰਘ ਜੀ, ਕੀ ਹਾਲ ਹੈ, ਠੀਕ ਹੋ? ਬਸ ਠੀਕ ਹੈ। ਜਿਹੜੇ ਗੁਰੂ ਨਾਨਕ ਸਾਹਿਬ ਆ ਤਾਂ ਦੁਨੀਆ ਦੇ ਗੁਰੂ ਆ, ਜੇ ਸਿੱਧੂ ਸਾਹਿਬ ਨੇ ਇਹ ਮੰਗ ਰੱਖੀ ਆ ਇਹ ਤਾਂ ਪੂਰੀ ਹੋਣੀ ਹੋਣੀ ਆ। ਜੀ ਜੀ ਜੀ, ਕਿਉਂਕਿ ਹਾਲੇ ਜਿਹੜਾ ਇਲੈਕਸ਼ਨ ਆ ਜਿਹੜਾ ਲੋਕ ਸਭਾ ਦਾ, ਉਹ ਤਾਂ ਅਗਲੇ ਸਾਲ ਆਉਣਾ, ਉਹਦਾ ਗੁਰੂ ਨਾਨਕ ਦਾ ਜਨਮ ਦਿਨ ਤਾਂ ਮਗਰੋਂ ਆਉਣਾ। ਜੀ 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 ਜੀ, ਤੇ ਸੈਂਟਰ ਗੌਰਮੈਂਟ ਨੇ ਉਹਨੂੰ ਪਾਸ ਕਰਨਾ ਹੀ ਪੈਣਾ। ਜੀ 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 ਜੀ, ਕੀ ਤੁਹਾਨੂੰ ਲੱਗਦਾ ਕਿ ਅਗਰ ਪਾਸ ਕਰਨਗੇ ਤਾਂ ਉਹਨਾਂ ਨੂੰ ਵੋਟਾਂ ਦੇ ਵਿੱਚ ਵੀ ਫਾਇਦਾ ਹੋਏਗਾ ਅੱਗੇ ਲੋਕ ਸਭਾ ਚੋਣਾਂ ਦੇ ਵਿੱਚ? ਮੈਂ ਤੁਹਾਨੂੰ ਗੱਲ ਹੀ ਇਸ ਕਰਕੇ ਕੀਤੀ ਆ। ਜੀ ਜੀ, ਦੂਜੀ ਗੱਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਕਈ ਜਿੰਨੇ ਵੀ ਤੁਹਾਨੂੰ ਟੈਲੀਫੋਨ ਬੰਦੇ ਕਰਦੇ ਆ, ਕਈ ਵਾਰ ਕਹਿੰਦੇ ਬੰਦੇ ਰਿਆੜ ਸਾਹਿਬ ਆਉਣਾ ਚਾਹੀਦਾ, ਆਲੂ ਵਾਲੇ ਆਲੂ ਉਹਨਾਂ ਨੂੰ ਵੀ ਦੋ ਦਿਨ ਆਉਣੇ ਚਾਹੀਦੇ ਆ। ਮੈਂ ਕਹਿੰਦਾ ਕੋਈ ਵੀ ਪੱਤਰਕਾਰ ਆ ਉਹ ਸਾਰੇ ਬਰਾਬਰ ਹੁੰਦੇ ਆ। ਜੀ 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 ਜੀ, ਸਾਡੀ ਕੋਈ ਡਿਮਾਂਡ ਨਹੀਂ ਹੋਣੀ ਚਾਹੀਦੀ, ਜੋ ਅੱਜ ਤੁਸੀਂ ਪ੍ਰੋਗਰਾਮ ਦੇ ਰਹੇ ਆ ਇਹੀ ਰਿਆੜ ਦਿੰਦਾ ਆ, ਕੋਈ ਫਰਕ ਨਹੀਂ ਹੋਣਾ ਚਾਹੀਦਾ, ਲੋਕਾਂ ਦੀ ਡਿਮਾਂਡ ਨਹੀਂ ਹੋਣੀ ਚਾਹੀਦੀ। ਜਿਹੜਾ ਵੀ ਮੋਹਰੇ ਪੱਤਰਕਾਰ ਆ ਜੀ ਉਹਨੂੰ ਸੁਣਨਾ ਚਾਹੀਦਾ। ਜੀ 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 ਜੀ, ਤੇ ਮੈਂ ਇਸੇ ਕਰਕੇ ਜੀ ਅਸੀਂ ਤੁਹਾਡੇ ਬੱਲੇ ਬੱਲੇ ਕਹਿੰਦਾ, ਸਿੱਧੂ ਸਾਹਿਬ ਨੇ ਕਹਿੰਦਾ, ਤੇ ਇਹ ਤਾਂ ਤੁਹਾਨੂੰ ਪਤਾ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਰਾਹ ਦਾ ਖੁੱਲਣਾ ਖੁੱਲਣਾ ਆ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਸਾਂਝੀ ਕੀਤੀ। ਤੇ ਜਿਵੇਂ ਸਾਨੂੰ ਦਰਸ਼ਕ ਨੇ ਦੱਸਿਆ ਕਿ ਬਈ ਹੁਣ ਇੱਕ ਪੋਜ਼ਿਟਿਵ ਜਿਹੜੀ ਗੱਲ ਹੈ ਉਹ ਸਾਹਮਣੇ ਉਸ ਰੋਡ ਮੈਪ ਦੇ ਵੱਲ ਜਿਹੜੀ ਹੈ ਤੁਰ ਰਹੀ ਹੈ, ਔਰ ਰਹੀ ਗੱਲ ਸਾਡੇ ਆਉਣ ਦੀ, ਅਤੇ ਹੁਣ ਹਫ਼ਤਿਆਂ ਦੇ ਵਿੱਚ ਦੋ ਦਿਨ ਜ਼ਰੂਰ ਅਸੀਂ ਰੱਖਿਆ ਕਿ ਤਾਂ ਕਿ ਉਹ UK ਅਤੇ ਯੂਰੋਪ ਦੇ ਜਿਹੜੇ ਸਾਡੇ ਦਰਸ਼ਕ ਹਨ ਉਹਨਾਂ ਦੇ ਨਾਲ ਮੁਖਾਤਿਬ ਹੋ ਸਕੀਏ, ਅਤੇ ਉੱਥੇ ਮੈਂ ਦੂਜੇ ਪਾਸੇ ਜਿਹੜੇ ਨੌਰਥ ਅਮੈਰੀਕਾ ਦੇ ਦਰਸ਼ਕ ਹਨ ਉਹਨਾਂ ਦੇ ਨਾਲ ਅਸੀਂ ਮੁਖਾਤਿਬ ਹੋ ਸਕੀਏ, ਕਿਉਂਕਿ ਕਿਤੇ ਨਾ ਕਿਤੇ ਗੱਲ ਇਹ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਜਿਹੜੇ ਸਾਡੇ ਨੌਰਥ ਅਮੈਰੀਕਾ ਦੇ ਵਿੱਚ ਦਰਸ਼ਕ ਹਨ ਉਹ ਵੀ ਚਾਹੁੰਦੇ ਹਨ ਕਿ ਅਸੀਂ ਪ੍ਰੋਗਰਾਮ ਕਰੀਏ ਅਤੇ ਤੁਹਾਡੇ ਸਾਹਮਣੇ, ਤਾਂ ਕਿ ਇੱਕ ਟਾਈਮ ਕਰਕੇ ਅਸੀਂ ਹੁਣ ਇੱਕ ਪ੍ਰੋਗਰਾਮ ਰੱਖਿਆ ਕਿ ਹਰ ਵੈਨਸਡੇ ਨੂੰ ਅਤੇ ਫਰਾਈਡੇ ਨੂੰ
ਜਿਹੜੇ ਸਾਡੇ ਦੂਜੇ ਹੋਸਟ ਹਨ ਹਰਵਿੰਦਰ ਰਿਆੜ ਉਹ ਆਉਣਗੇ ਅਤੇ ਇਸ ਲਈ ਜਿਹੜਾ ਹੁਣ ਦੂਜਾ ਪ੍ਰੋਗਰਾਮ ਹੈ ਨੌਰਥ ਅਮੈਰੀਕਾ ਦਾ ਅੱਜ ਦਾ ਮੁੱਦਾ ਆਈ ਹੈਵ ਟੂ ਗਿਵ ਮਾਈ ਟਾਈਮ ਦੇਅਰ ਸੋ ਵੀ ਹੈਵ ਟੂ ਮੈਨੇਜ ਬਟ ਐਂਡ ਆਫ ਦਾ ਡੇ ਤੁਸੀਂ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਹੋ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਉਹਨਾਂ ਸਾਰੀ ਗੱਲਾਂ ਨੂੰ ਤੁਹਾਡੇ ਸਾਹਮਣੇ ਵੀ ਲੈ ਕੇ ਆਈਏ ਚਾਹੇ ਉਹ ਗੰਭੀਰ ਵਿਸ਼ੇ ਬਣੇ ਹੋਏ ਹਨ ਚਾਹੇ ਮਸਲੇ ਬਣੇ ਹੋਏ ਹਨ ਲੇਕਿਨ ਅੱਜ ਇਹ ਵਿਸ਼ਾ ਲਿਆਉਣਾ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਜਦ ਇੰਟਰਨੈਸ਼ਨਲ ਪੱਧਰ 'ਤੇ ਹੁਣ ਗੱਲ ਹੋ ਰਹੀ ਹੈ ਸਿੱਖ ਸੰਗਤ ਪਿਛਲੇ ਲੰਬੇ ਸਮੇਂ ਤੋਂ ਅਰਦਾਸ ਕਰਦੀ ਹੋਈ ਆ ਰਹੀ ਹੈ ਉਸ ਗੱਲ ਨੂੰ ਅਮਲੀਜਾਮਾ ਅਪਣਾਇਆ ਜਾ ਸਕਦਾ ਔਰ ਇਹ ਗੱਲ ਹੋ ਸਕਦੀ ਹੈ ਕਿਉਂਕਿ ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਵਸਦੇ ਮਨਿਸਟਰ ਹਨ ਉਹਨਾਂ ਨੇ ਕਹਿ ਤਾ ਕਿ ਜੀ ਅਸੀਂ ਹੁਣ ਤਿਆਰ ਹੈਗੇ ਹਾਂ ਕਰਤਾਰਪੁਰ ਦਾ ਕੋਰੀਡੋਰ ਹੁਣ ਮੈਂ ਦਰਸ਼ਕਾਂ ਨੂੰ ਇਹ ਦੱਸਦਾ ਕਿ ਜਿਹੜਾ ਇਹ ਕੋਰੀਡੋਰ ਖੁੱਲ੍ਹੇਗਾ ਅਤੇ ਤਜਵੀਜ਼ ਇਹ ਰੱਖੀ ਜਾ ਰਹੀ ਹੈ ਕਿ ਇਹਦੇ ਵਿੱਚ ਜਿਹੜੇ ਵੀਜ਼ਾ ਹੈ ਉਹ ਫਿਲਹਾਲ ਹਾਲ ਫਿਲਹਾਲ ਦੇ ਵਿੱਚ ਨਹੀਂ ਲੈਣਾ ਪਏਗਾ ਵੀਜ਼ਾ ਫਰੀ ਰੱਖਿਆ ਗਿਆ ਕੋਰੀਡੋਰ ਦੇ ਵਿੱਚ ਕਿਸ ਤਰੀਕੇ ਦੀ ਸਿਕਿਉਰਿਟੀ ਹੋਏਗੀ ਉਸ ਤੋਂ ਕੌਣ ਕੌਣ ਜਾ ਸਕਦਾ ਉਧਰੋਂ ਦੀ ਕੌਣ ਕੌਣ ਆ ਸਕਦਾ ਹੈ ਔਰ ਕੀ ਕੰਡੀਸ਼ਨਸ ਹਨ ਇਹ ਹਜੇ ਤੱਕ ਜਿਹੜੀ ਤਸਵੀਰ ਹੈ ਸਾਫ਼ ਨਹੀਂ ਹੋਈ ਹੈ ਮੀਡੀਆ ਰਿਪੋਰਟਸ ਮੀਡੀਆ ਦੇ ਵਿੱਚ ਕਾਫੀ ਗੱਲਾਂ ਹੋ ਰਹੀਆਂ ਹਨ ਅਤੇ ਮੈਂ ਦਰਸ਼ਕਾਂ ਨੂੰ ਇਹ ਵੀ ਦਰਖਾਸਤ ਕਰਾਂਗਾ ਕਿ ਤੁਸੀਂ ਉਸ ਤੋਂ ਪਰਹੇਜ਼ ਕਰੋ ਉਹ ਕੋਈ ਜਿਹੜੀ ਮੀਡੀਆ ਰਿਪੋਰਟ ਦੇ ਵਿੱਚ ਕੋਈ ਵੀ ਗੱਲ ਤੁਹਾਨੂੰ ਸੁਣਨ ਨੂੰ ਮਿਲ ਰਹੀ ਹੈ ਅਤੇ ਉਹ ਖਬਰ ਹਜੇ ਫਿਲਹਾਲ ਹਾਲ ਫਿਲਹਾਲ ਦੇ ਵਿੱਚ ਔਥੈਂਟੀਕੇਟ ਜਿਹੜੀ ਉਹਦੀ ਔਥੈਂਟੀਸਿਟੀ ਤੁਸੀਂ ਉਹਨੂੰ ਨਾ ਉਹਦੀ ਨਹੀਂ ਹੈਗੀ ਅਤੇ ਨਾ ਤੁਸੀਂ ਉਸ ਖਬਰ ਨੂੰ ਸੱਚ ਮੰਨਣਾ ਹਜੇ ਸਿਰਫ ਜਿਹੜਾ ਇੱਕ ਗੱਲ ਸ਼ੁਰੂ ਹੋਈ ਹੈ ਨਵਜੋਤ ਸਿੰਘ ਸਿੱਧੂ ਨਿਓਤਾ ਲੈ ਕੇ ਗਏ ਸੀਗੇ ਜਿਹਨੂੰ ਇਸ ਨਿਓਤੇ ਨੂੰ ਜਿਹੜੀ ਪਾਕਿਸਤਾਨ ਗਵਰਨਮੈਂਟ ਹੈ ਉਹਨਾਂ ਨੇ ਅਸੈਪਟ ਕੀਤਾ ਅਤੇ ਉਹਨਾਂ ਨੇ ਵੀ ਆਪਣਾ ਗ੍ਰੀਨ ਸਿਗਨਲ ਦਿਖਾਇਆ ਲੇਕਿਨ ਹਜੇ ਹਾਲ ਫਿਲਹਾਲ ਦੇ ਵਿੱਚ ਜੋ ਮੌਕੇ ਦੇ ਉੱਤੇ ਅਸੀਂ ਅਗਰ ਵੇਖਾਂਗੇ ਕਿ ਜਿਹੜਾ ਇੱਕ ਵੇਖਣ ਨੂੰ ਮਿਲ ਰਿਹਾ ਹੈ ਮਾਹੌਲ ਉਹ ਹੈ ਕਿ ਭਾਰਤ ਸਰਕਾਰ ਦੀ ਤਰਫੋਂ ਹਜੇ ਕੋਈ ਪਹਿਲ ਜਿਹੜੀ ਹੈ ਨਹੀਂ ਕੀਤੀ ਗਈ ਹੈ ਭਾਵੇਂ ਵਿਚਾਰ ਵਟਾਂਦਰਾ ਜਿਹੜਾ ਹੁਣ ਹੋ ਰਿਹਾ ਹੋਵੇਗਾ ਕਿਉਂਕਿ ਡਿਪਲੋਮੈਟਿਕ ਰਿਲੇਸ਼ਨਸ ਵੀ ਹਨ ਪਾਕਿਸਤਾਨ ਦੇ ਨਾਲ ਅਤੇ ਨਾਲ ਜਿਹੜੇ ਡਿਪਲੋਮੈਟਸ ਹਨ ਉਹ ਵੀ ਵਿਚਾਰ ਕਰ ਰਹੇ ਹੋਣਗੇ ਲੇਕਿਨ ਜੋ ਖਬਰਾਂ ਸਾਹਮਣੇ ਆਉਂਦੀਆਂ ਰਹਿਣਗੀਆਂ ਅਸੀਂ ਔਥੈਂਟੀਕੇਟ ਕਰਕੇ ਰਿਸਰਚ ਕਰਕੇ ਤੁਹਾਡੇ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਔਰ ਉਹਨੂੰ ਅਸੀਂ ਰੱਖਦੇ ਵੀ ਰਵਾਂਗੇ ਮੇਰੇ ਨਾਲ ਕਾਫੀ ਸਾਰੇ ਜਿਹੜੇ ਕਾਲਰਸ ਨੇ ਉਹ ਜੁੜੇ ਹੋਏ ਹਨ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹ ਕੀ ਕੁਝ ਸਾਨੂੰ ਕਹਿਣਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗਲਾਸਕੋ ਬੋਲ ਰਿਹਾ ਜੀ ਕੀ ਕਹਿਣਾ ਚਾਹੋਗੇ ਭਾਅ ਜੀ ਮੈਂ ਬਸ ਇਹੀ ਗੱਲ ਕਰਨਾ ਚਾਹੁੰਦਾ ਵੀ ਆਪਣੇ ਕਹਿੰਦੇ ਅਰਦਾਸਾਂ ਦਾ ਕੁਝ ਨਹੀਂ ਹੋਣਾ ਜੀ ਅਰਦਾਸ ਕਹਿੰਦੀ ਆ ਬਹੁਤ ਸਾਲਾਂ ਤੋਂ ਕਰੀ ਜਾਂਦੇ ਆ ਨਨਕਾਣਾ ਸਾਹਿਬ ਦੇ ਦਰਸ਼ਨ ਹੋ ਜਾਣ ਦਰਸ਼ਨ ਹੋ ਜਾਣ ਦਰਸ਼ਨ ਹੋ ਜਾਣ ਜੀ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਵੀ ਜਿੰਨੀ ਦੇਰ ਸਾਡੇ ਲੀਡਰ ਮੋਹਰੇ ਨਹੀਂ ਹੁੰਦੇ ਨਾ ਜੀ ਉਹਨੇ ਤੋਂ ਕੱਖ ਨਹੀਂ ਮੰਨਣਾ ਤੇ ਹੁਣ ਭਾਈ ਭਾਜੀ ਹੋ ਗਏ ਨੇ ਸਿੱਧੂ ਸਾਹਿਬ ਜੀ ਉਹ ਮੋਹਰੇ ਹੋਏ ਨੇ ਤੇ ਸ਼ਾਇਦ ਉਹਨਾਂ ਦੇ ਕੁਛ ਨਾ ਕੁਛ ਹੋ ਸਕਦਾ ਹੈਗਾ ਐਨੀਵੇ ਜਿੰਨੇ ਵੀ ਜਿੰਨੀ ਦੇਰ ਲੀਡਰ ਨਹੀਂ ਮੋਹਰੇ ਹੁੰਦੇ ਉਹਦੀ ਦੇਰ ਕੁਛ ਨਹੀਂ ਹੋ ਸਕਦਾ ਤੁਹਾਨੂੰ ਕੀ ਤੁਹਾਨੂੰ ਕਿਉਂ ਲੱਗਦਾ ਕਿ ਇਹਦੇ ਵਿੱਚ ਜਿਹੜੇ ਹੁਣ ਲੀਡਰਸ ਨੇ ਚਾਹੇ ਕੰਮ ਬਣ ਵੀ ਰਿਹਾ ਹੋਵੇ ਉਹ ਨਹੀਂ ਬਣਨ ਦੇਣਗੇ ਤੁਹਾਨੂੰ ਕਿਵੇਂ ਕਿਸ ਤਰੀਕੇ ਨਾਲ ਲੱਗਦਾ ਕੌਣ ਨਹੀਂ ਬਣਨ ਦਿੰਦੇ ਜਿਵੇਂ ਤੁਸੀਂ ਕਿਹਾ ਨਾ ਕਿ ਲੀਡਰਸ ਜਿਹੜੇ ਨੇ ਉਹ ਕੰਮ ਨਹੀਂ ਬਣਨ ਦੇਣਗੇ ਨਹੀਂ ਨਹੀਂ ਮੈਂ ਤਾਂ ਕਹਿ ਨਹੀਂ ਗਿਆ ਮੈਂ ਲੀਡਰਾਂ ਦਾ ਕਿਸੇ ਨੇ ਬਣਨ ਦੇਣਾ ਕਿਉਂਕਿ ਕਾਂਗਰਸ ਵੀ ਹੋਵੇ ਜਾਂ ਅਕਾਲੀ ਹੋਣ ਜਾਂ ਉਹ ਕੁਛ ਵੀ ਹੋਵੇ ਉਹ ਰੌਲਾ ਪੈਣਾ ਪੈਣਾ ਹਾਂ ਸਹਿਮਤ ਨਹੀਂ ਹਾਂ ਔਰ ਤੁਸੀਂ ਆਪਣੀ ਜਿਹੜੀ ਪ੍ਰਤੀਕਿਰਿਆ ਉਹ ਦੇ ਸਕਦੇ ਹੋ ਬਟ ਐਂਡ ਆਫ ਦਾ ਡੇ ਸਿੱਖ ਕੌਮ ਬਹੁਤ ਚਿਰਾਂ ਤੋਂ ਅਰਦਾਸ ਕਰਦੀ ਹੋਈ ਆ ਰਹੀ ਹੈ ਔਰ ਅਰਦਾਸ ਕਰ ਵੀ ਰਹੀ ਹੈ ਔਰ ਅਰਦਾਸ ਕਰਦੀ ਵੀ ਰਹੇਗੀ ਇਹ ਤੁਹਾਡਾ ਆਪਣਾ ਪ੍ਰਤੀਕਰਮ ਹੋ ਸਕਦਾ ਆਪਣਾ ਵਿਚਾਰ ਹੋ ਸਕਦਾ ਇਹਦੇ ਨਾਲ ਸਾਡਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਲੇਕਿਨ ਅਰਦਾਸ ਆਪਾਂ ਇਸ ਕਰਕੇ ਕਰਦੇ ਹਾਂ ਤਾਂ ਕਿ ਜਿਹੜਾ ਅਕਾਲ ਪੁਰਖ ਹੈ ਔਰ ਸੁਣਿਆ ਔਰ ਉਹ ਸੁਣਦਾ ਵੀ ਹੈ ਆਈ ਡਿਸਐਗਰੀ ਵਿਦ ਯੂ ਟੋਟਲੀ ਡਿਸਐਗਰੀ ਵਿਦ ਯੂ ਮੇਰੇ ਨਾਲ ਹੋਰ ਵੀ ਕਾਲਰਸ ਉਹਨਾਂ ਦਾ ਵੀ ਗੱਲ ਸਮਝ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹੀ ਸੁਣ ਰਿਹਾ ਸੀਗਾ ਬਹੁਤ ਖੁਸ਼ੀ ਦੀ ਗੱਲ ਆ ਵੀ ਨਨਕਾਣਾ ਸਾਹਿਬ ਦਾ ਆਪਣੇ ਆਪਣੇ ਰਸਤੇ ਖੁੱਲਣ ਲੱਗਿਆ ਪਰ ਭਾਈ ਜਿਹੜੇ ਪਹਿਲਾਂ ਬੋਲ ਰਹੇ ਸੀ ਮੈਨੂੰ ਬੜਾ ਦੁੱਖ ਹੋਇਆ ਜਿਹੜੀ ਇੰਨੀ ਵੱਡੀ ਗੱਲ ਕਹੀ ਇਹਨਾਂ ਨੇ ਵੀ ਮਤਲਬ ਅਰਦਾਸ ਵਿੱਚ ਕੁਛ ਨਹੀਂ ਅਰਦਾਸਾਂ ਨਾਲ ਕੁਛ ਨਹੀਂ ਹੋਣਾ ਇਸ ਬੰਦੇ ਨੂੰ ਪੜ੍ਹਨਾ ਚਾਹੀਦਾ ਸਿੱਖ ਧਰਮ ਪਹਿਲਾਂ ਪੜ੍ਹਨਾ ਚਾਹੀਦਾ ਜੀ 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 ਹਨਾ ਤੇ ਇੰਨਾ ਮਤਲਬ ਇੰਨਾ ਬੋਲ ਰਿਹਾ ਦੁਬਾਰਾ ਦੁਬਾਰਾ ਇੱਕੋ ਗੱਲ ਬੋਲ ਰਿਹਾ ਅਰਦਾਸਾਂ ਨਾਲ ਤਾਂ ਸਾਰਾ ਕੁਛ ਹੋ ਗਿਆ ਅੱਜ ਕੱਲ੍ਹ ਖਾਲਸਾ ਪੰਥ ਅਰਦਾਸਾਂ ਨਾਲ ਹੀ ਤਾਂ ਰਸਤੇ ਖੁੱਲੇ ਭਾਅ ਜੀ ਖੁੱਲੇ ਆ ਕਰੈਕਟ 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 ਮੈਂ ਹਮੇਸ਼ਾ ਦਰਸ਼ਕਾਂ ਨੂੰ ਇਹ ਦਰਖਵਾਸਤ ਕਰਦਾ ਕਿ
ਜਦ ਆਪਾਂ ਲਾਈਵ ਕਾਲ ਕਰਦੇ ਹਾਂ ਤਾਂ ਦੂਜਿਆਂ ਦੇ ਸੈਂਟੀਮੈਂਟਸ ਨੂੰ ਵੀ ਸਮਝਣ ਦੀ ਲੋੜ ਹੈ, ਭਾਵਨਾਵਾਂ ਨੂੰ ਸਮਝਣ ਦੀ ਲੋੜ ਹੈ, ਔਰ ਤੁਸੀਂ ਆਪਣੇ ਵਿਚਾਰ ਕਰ ਸਕਦੇ ਹੋ ਲੇਕਿਨ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਓ। ਜੀ ਮੈਂ ਅੱਜ ਵੀ ਅਪੀਲ ਕਰਨਾ ਚਾਹੁੰਦਾ ਹਾਂ, ਹਾਂਜੀ ਜੀ, ਕਿਉਂਕਿ ਇਹਨਾਂ ਨੂੰ ਮੈਂ ਫਿਰ ਦੁਬਾਰਾ ਕਹਿਣਾ ਚਾਹੁੰਦਾ ਵੀ ਇਹਨੂੰ ਅਗਰ ਅਰਦਾਸ ਵਾਸਤੇ ਐਸੀ ਗੱਲ ਸਾਡੇ ਨਾਲ ਡਿਸਕਸ਼ਨ ਕਰਨ, ਅਸੀਂ ਇਹਨੂੰ ਦੱਸਾਂਗੇ ਅਰਦਾਸ 'ਚ ਕਿੰਨੀ ਸ਼ਕਤੀ ਆ। ਜੀ ਜੀ, ਅੱਜ ਤੱਕ ਅਰਦਾਸ ਨੇ ਕੀਤਾ ਜੋ ਵੀ ਕੀਤਾ ਭਾਈ ਜੀ, ਬਿਲਕੁਲ 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 ਸਹਿਮਤ ਹਾਂ ਜੀ ਤੁਹਾਡੀ ਗੱਲ ਤੋਂ। ਬਸ ਇਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਸਿੱਖ ਸੁਣਦੇ ਹੋਣਗੇ ਅੱਗੇ ਤੋਂ ਜਦੋਂ ਵੀ ਐਸਾ ਕਮੈਂਟ ਕਰਨ ਜਾਂ ਕੁਝ ਗੱਲ ਕਰਨ, ਇਹ ਪਹਿਲਾਂ ਸੋਚ ਸਮਝ ਕੇ ਕਿਸੇ ਤੋਂ ਪੜ੍ਹ ਲੈ ਕੇ ਫਿਰ ਉਦੋਂ ਬਾਅਦ ਤੇ ਬੋਲਿਆ ਕਰਨ। ਬਿਲਕੁਲ 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 ਲੋੜ ਹੈਗੀ ਹੈ ਜੀ। ਬਹੁਤ ਬਹੁਤ ਧੰਨਵਾਦ, ਖਾਲਸਾ ਵਾਹਿਗੀ ਜੀ ਕੀ ਫਤਿਹ, ਵਾਹਿਗੀ ਖਾਲਸਾ ਵਾਹਿਗੀ ਫਤਿਹ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਬੜੀ ਖੁਸ਼ੀ ਦੀ ਗੱਲ ਆ ਜੀ, ਪਾਕਿਸਤਾਨ ਵਾਲਿਆਂ ਨੇ ਪਹਿਲ ਕੀਤੀ ਆ ਜੀ, ਤੇ ਸਾਡੀ ਸਰਕਾਰ ਨੂੰ ਵੀ ਇਹਦੇ ਵਿੱਚ ਜਰੂਰ ਪਹਿਲ ਕਰਨੀ ਚਾਹੀਦੀ ਆ ਜੀ 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 ਜੀ। ਹਾਂ ਤੇ ਬੈਕ ਅਫਸੋਸ ਦੀ ਗੱਲ ਆ, ਜਦੋਂ ਸਿੱਧੂ ਸਾਹਿਬ ਨੇ ਉੱਥੇ ਗੱਲ ਕੀਤੀ ਆ ਜੀ, ਜਿਹੜੇ ਅਸੀਂ ਰੋਜ਼ ਸਾਡੇ ਅਕਾਲੀ ਦਲ ਦੇ ਨੁਮਾਇੰਦੇ ਜਿਹੜੇ ਰੋਜ਼ ਅਰਦਾਸ ਕਰਦੇ ਆ, ਉਹਨਾਂ ਨੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਜੀ ਜੀ, ਔਰ ਸਾਰਿਆਂ ਸਭ ਤੋਂ ਜ਼ਿਆਦਾ ਸਿੱਧੂ ਨੂੰ ਬੋਲਿਆ। ਪਰ ਹਰ ਅਸੀਂ ਤਾਂ ਕਹਿੰਦੇ ਕੋਈ ਵੀ ਇਸ ਚੀਜ਼ ਲਈ ਕੋਈ ਵੀ ਹੈਲਪ ਕਰਦਾ ਜਾਂ ਕੋਈ ਵੀ ਇਸ ਚੀਜ਼ ਲਈ ਕੰਮ ਕਰਦਾ ਆ ਉਹਦਾ ਧੰਨਵਾਦ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਕਿ ਇਹ ਜਿਹੜਾ ਮਸਲਾ ਹੈ ਕੌਮੀ ਮਸਲਾ ਹੈ ਔਰ ਇਹਨੂੰ ਸਿਆਸਤ ਦੇ ਵਿੱਚ ਨਹੀਂ ਲਿਆਉਣ ਦੀ ਲੋੜ ਹੋਣੀ ਚਾਹੀਦੀ? ਇਕੱਲੇ ਸਿੱਖਾਂ ਲਈ ਨੀ, ਜਿਹੜੇ ਗੁਰੂ ਨਾਨਕ ਲੇਵ ਆ, ਬਾਕੀ ਵੀ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆ ਉਹ ਵੀ ਓਨਾ ਹੀ ਸਤਿਕਾਰ ਕਰਦੇ ਆ, ਉਹਨਾਂ ਲਈ ਵੀ ਓਨੀ ਖੁਸ਼ੀ ਦੀ ਗੱਲ ਆ। ਪਰ ਜਿਹੜਾ ਵੀ ਇਸ ਚੀਜ਼ ਦੇ ਵਿੱਚ ਕੋਈ ਹੈਲਪ ਕਰਦਾ ਜਾਂ ਗੱਲਬਾਤ ਕਰਦਾ ਸਾਨੂੰ ਉਹਦੇ ਲਈ ਐਪਰੀਸ਼ੀਏਟ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਗੱਲ ਸਾਡੇ ਨਾਲ। ਓਕੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸਤਨਾਮ ਸੋਦਾ ਇਟਲੀ ਤੋਂ ਗੱਲ ਕਰ ਰਿਹਾ, ਹਰਪ੍ਰੀਤ ਜੀ। ਮੈਂ ਜੀ ਕੀ ਕਹਿਣਾ ਚਾਹੁੰਦਾ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਜੀ, ਮੈਂ ਤੁਹਾਡਾ ਪ੍ਰੋਗਰਾਮ ਡੇਲੀ ਦੇਖਦਾ ਜੀ 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 ਜੀ। ਕੀ ਕੀ ਵਿਚਾਰ ਰੱਖਣਾ ਚਾਹੁੰਦੇ ਤੁਸੀਂ ਜੀ? ਅੱਜ ਦੇ ਵਿਚਾਰ ਵਾਸਤੇ ਸਾਨੂੰ ਪੋਜ਼ਿਟਿਵ ਲੈਣਾ ਚਾਹੀਦਾ ਜੀ, ਬਿਲਕੁਲ ਬਿਲਕੁਲ ਲੋੜ ਹੈਗੀ ਹੈ ਹੁਣ ਉਸ ਵੱਲ ਅੱਗੇ ਵਧਣ ਦੀ। ਦੇਖੋ ਸਿੱਧੂ ਗਏ ਸੀ, ਇਹਨਾਂ ਨੇ ਸਿਕਸਰ ਮਾਰਤਾ ਜੀ, ਸਿੱਧੂ ਨੇ ਜੀ, ਉਹਨਾਂ ਨੇ ਵੀ ਜਵਾਬ ਚ ਸਿਕਸਰ ਮਾਰਤਾ ਜੀ ਜੀ। ਹੁਣ ਸਾਡੇ ਵੱਲੋਂ ਦੇਖੋ ਸਾਡੀ ਸਰਕਾਰ ਕੀ ਕਰਦੀ ਆ, ਸਾਨੂੰ ਮੈਨੂੰ ਉਮੀਦ ਆ ਵੀ 100% 100% ਇਹ ਖੁੱਲੇਗਾ ਪੋਲੀਟਰ ਜੀ ਜੀ, ਪਾਕਿਸਤਾਨ ਜੀ ਜੀ ਜੀ। ਜੇ ਖੁੱਲਦਾ ਹੈ ਤੇ ਜੇ ਖੁੱਲਦਾ ਹੈ ਤੇ ਮੈਨੂੰ ਕਈ ਦਰਸ਼ਕਾਂ ਨੇ ਇਸ ਤੋਂ ਪਹਿਲਾਂ ਮੁੱਦੇ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਜ਼ਰੂਰ ਜਾਵਾਂਗੇ, ਉਹ ਦਰਸ਼ਨ ਕਰਕੇ ਆਵਾਂਗੇ ਜੀ। ਸੰਗਤਾਂ ਤਾਂ ਡਿੱਗਦੀਆਂ ਵੀ ਖੁੱਲੇ, ਅਸੀਂ ਜਾਈਏ ਦਰਸ਼ਨ ਕਰੀਏ, ਗੱਫੇ ਖਾਈਏ, ਗੱਫੇ ਲਈਏ ਮਹਾਰਾਜ ਜੀ 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 ਜੀ। ਸਾਨੂੰ ਪੋਜ਼ਿਟਿਵ ਲੈਣਾ ਚਾਹੀਦਾ, ਪੋਜ਼ਿਟਿਵ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੀ ਵੀ ਗੱਲ ਸਮਝ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਗਲਾਸਕੋ ਤੋਂ ਰਜ਼ਾ ਬੋਲ ਰਿਹਾ ਜੀ ਜੀ ਜੀ। ਰਜ਼ਾ ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਮੈਂ ਬਹੁਤ ਖੁਸ਼ ਹਾਂ, ਮੈਂ ਪਾਕਿਸਤਾਨੀ ਹਾਂ, ਮੈਂ ਬਹੁਤ ਖੁਸ਼ ਹਾਂ ਕਿ ਉਹ ਗੇਟ ਖੁੱਲੇ। ਪਾਕਿਸਤਾਨ ਕਿਹੜੀ ਜਗ੍ਹਾ ਤੋਂ ਤੁਸੀਂ ਸੰਬੰਧ ਰੱਖਦੇ ਹੋ? ਪੰਜਾਬ ਤੋਂ ਹਾਂ, ਚਨੀਓਟ ਤੋਂ ਜੀ 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 ਜੀ। ਤੇ ਕੋਰੀਡੋਰ ਸੀ ਜੀ 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 ਜੀ, ਕਾਦੀਆਨੀ ਹੈ, ਕਾਦੀਆਨ ਤੁਸੀਂ ਸੁਣਿਆ ਨਾਮ ਇੰਡੀਆ ਵਿੱਚ ਕਾਦੀਆਨ? ਜੀ 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 ਹਾਂਜੀ, ਮੈਂ ਉਹ ਅਸੀਂ ਉਹਨਾਂ ਨੂੰ ਮੰਨਣ ਵਾਲੇ ਆ। ਤੇ ਕੀ ਕਹਿਣਾ ਚਾਹੋਗੇ ਹੁਣ ਜਿਹੜੇ ਕੋਰੀਡੋਰ ਖੁੱਲਣ ਦੀ ਗੱਲ ਹੋ ਰਹੀ ਹੈ, ਕਿਸ ਤਰੀਕੇ ਦਾ ਸਵਾਗਤ ਕਰੋਗੇ ਤੁਸੀਂ ਪੰਜਾਬੀ ਭਰਾਵਾਂ ਦਾ, ਸਿੱਖ ਭਾਈਚਾਰੇ ਦੇ ਲੋਕਾਂ ਦਾ? ਹੈਲੋ, ਸ਼ਾਇਦ ਲੱਗਦਾ ਉਹਨਾਂ ਦੀ ਫੋਨ ਕਾਲ ਕੱਟ ਗਈ ਹੈ, ਹੋਰ ਵੀ ਕਾਲਰ ਸਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹਰਕੀਰ ਸਿੰਘ ਜੀ, ਗੁਰਦੇਵ ਸਿੰਘ ਭੋਗਲ, ਮੈਂ ਅੱਧਾ ਕੁ ਮਿੰਟ 30 ਸਕਿੰਟ ਲੈਣੇ ਤੁਹਾਡੇ ਜੀ ਜੀ ਭੋਗਲ ਜੀ ਜੀ। ਮੈਂ ਇਹ ਕਹਿਣਾ ਚਾਹੁੰਦਾ ਆਪਣੇ ਉਹ ਵੀਰ ਜੀ ਨੂੰ ਜਿਹੜੇ ਆ ਸਕੇ ਵੀ ਉਹ ਬੜੇ ਆਪ ਸ਼ਬਦ ਜਿਹਾ ਬੋਲੇ ਸੀ ਅਰਦਾਸ ਵਾਸਤੇ, ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨੇ ਅਗਰ ਕੁਝ ਸਿੱਖ ਨੂੰ ਦਿੱਤਾ ਤਾਂ ਉਹ ਅਰਦਾਸ ਦਿੱਤੀ ਆ ਜੀ 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 ਬਿਲਕੁਲ। ਸਾਡਾ ਹਰ ਕਰਮ, ਹਰ ਧਰਮ ਕਰਮ ਕਰਨ ਤੋਂ ਪਹਿਲਾਂ ਅਰਦਾਸ ਹੁੰਦੀ ਆ, ਆਦ ਵਿੱਚ ਅਰਦਾਸ ਹੁੰਦੀ ਆ, ਅੰਤ ਵਿੱਚ ਅਰਦਾਸ ਹੁੰਦੀ ਆ, ਗੁਰਦੁਆਰਿਆਂ 'ਚ ਅਰਦਾਸਾਂ ਹੁੰਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਦੋ ਘਰ ਜ਼ੋਰ ਕਰੋ, ਅਰਦਾਸ ਤੁਦ ਭਾਵੇ ਤਾਂ ਆਣੇ ਰਾਸ। ਕੀ ਬਾਤ ਹੈ ਜੀ, ਗੁਰੂ ਨੇ ਅਗਰ ਦਿੱਤੀ ਸਿੱਖ ਨੂੰ ਕੋਈ ਦਿੱਤਾ ਅਰਦਾਸ ਕਰਨੀ ਆ। ਵੀਰ ਜੀ ਇੱਦਾਂ ਦੇ ਲਫ਼ਜ਼ ਮੁੜ ਕੇ ਨਾ ਬੋਲਿਓ, ਇਹ ਠੀਕ ਨਹੀਂ ਹੁੰਦਾ। ਪਹਿਲਾਂ ਸਟੱਡੀ ਕਰ ਲੈਣਾ ਚਾਹੀਦਾ, ਥੋੜ੍ਹਾ ਜਿਹਾ ਆਪਣੇ ਆਪ ਨੂੰ ਜਿਹੜੇ
ਇਹ ਠੀਕ ਨਹੀਂ ਹੈ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਜਿਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ, ਮੈਨੂੰ ਲੱਗਦਾ ਹੈ ਕਿ ਕਾਫੀ ਸਾਰੇ ਕਾਲਰਸ ਨੇ ਤੁਹਾਨੂੰ ਸਮਝਾ ਦਿੱਤਾ ਹੋਣਾ, ਔਰ ਅਰਦਾਸ ਦੇ ਬਾਰੇ ਤੁਸੀਂ ਜ਼ਰੂਰ ਸਟੱਡੀ ਕਰਿਓ, ਔਰ ਅਰਦਾਸ ਦੇ ਸਦਕਾ ਹੀ ਇਹ ਜਿਹੜਾ ਪੰਥ ਹੈ ਇਹ ਚੱਲਦਾ ਹੋਇਆ ਆ ਰਿਹਾ। ਅੱਜ ਤੋਂ ਨਹੀਂ, ਪਿਛਲੇ ਲੰਬੇ ਸਮੇਂ ਤੋਂ 500 ਸਾਲ ਦਾ ਇਹ ਪੰਥ ਜਿਹੜਾ ਅਰਦਾਸ ਦੇ ਸਦਕਾ ਹੀ ਚੱਲਦਾ ਹੋਇਆ ਆ ਰਿਹਾ। ਔਰ ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ ਬੋਲਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਿਆ ਕਰੋ ਕਿ ਤੁਸੀਂ ਔਨ ਏਅਰ ਕੀ ਗੱਲ ਕਹਿ ਰਹੇ ਹੋ ਔਰ ਇਹ ਕਿਸ ਦੀ ਸੈਂਟੀਮੈਂਟਸ ਨੂੰ ਹਰਟ ਕਰ ਸਕਦਾ। ਮੇਰੇ ਨਾਲ ਹੋਰ ਵੀ ਕਾਲਰਸ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਕਿਹੜੀ ਸਰਕਾਰ ਇੰਨੀ ਜ਼ਿੰਮੇਵਾਰੀ ਲੈ ਲਊਗੀ, ਆਪਣੀ ਲਊਗੀ ਇੰਡੀਆ ਵਾਲੀ ਜਾਂ ਦੂਜੀ ਉੱਥੇ ਵਾਲੀ? ਜੀ 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 ਹਾਂਜੀ, ਬਹੁਤ ਵੱਡਾ ਆ ਇਹ ਪ੍ਰੋਜੈਕਟ, ਇੰਨਾ ਨਹੀਂ ਉਹਦੇ ਆਪਾਂ ਕਹਿਤਾ ਹੋ ਗਿਆ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਹੋਰ ਵੀ ਕਾਲਰਸ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਇੱਥੋਂ ਯੂਕੇ ਤੋਂ ਬੋਲਦਾ ਜੀ, ਇੰਗਲੈਂਡ ਤੋਂ। ਜੀ 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 ਕੀ ਕਹਿਣਾ ਚਾਹੋਗੇ? ਹਾਂਜੀ, ਤਰਸੇਮ ਸਿੰਘ ਤੂਰ ਬੋਲਦਾ ਜੀ। ਤਰਸੇਮ ਸਿੰਘ ਤੂਰ ਜੀ, ਮੈਂ ਤੁਹਾਨੂੰ ਹੋਲਡ ਦੇ ਵਿੱਚ ਪਾ ਰਿਹਾ ਸਮਾਂ, ਮੈਨੂੰ ਇੱਥੇ ਇੱਕ ਕਮਰਸ਼ੀਅਲ ਬ੍ਰੇਕ ਲੈਣ ਦੇ ਲਈ ਦਰਖਾਸਤ ਆਈ ਹੈ ਸਾਡੀ ਟੀਮ ਵੱਲੋਂ। ਮੈਂ ਫਿਲਹਾਲ ਇੱਕ ਬ੍ਰੇਕ ਲਈ ਜਾ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ। ਤਰਸੇਮ ਸਿੰਘ ਤੂਰ ਜੀ ਤੁਹਾਨੂੰ ਜ਼ਰੂਰ ਲਵਾਂਗਾ ਇਸ ਬ੍ਰੇਕ ਤੋਂ ਉਸ ਪਾਰ।